ਖੈਰ ਫਕਰ ਨੂੰ ਅਕਲ ਦੇ ਨਾਲ ਦੀਜੇ ਤੇ ਹੱਥ ਸੰਭਲ ਕੇ ਬੁੱਕ ਉਲਾਰੀਏ ਨੀ ਕੀ ਜੇ ਐਡ ਹੰਕਾਰ ਨਾ ਜੋਗਣੇ ਦਾ ਢੋਲ ਕੱਤੀਏ ਮਸਤ ਹੰਕਾਰੀਏ ਨੀ ਭਰੀ ਹੋਈ ਗਰੂਰ ਤਕਬਰੀ ਦੀ ਲੋੜਾ ਕੱਤੀ ਹੋਈ ਨੀ ਰੰਨੇ ਦਾਰੀਏ ਨੀ ਜੋਗੀ ਆਖਦਾ ਵੱਡੜਾ ਕਹਿ ਰੋਇਆ ਇਹ ਠੂਠਾ ਭੰਨ ਦਿੱਤਾ ਕਾਰੇ ਹਾਰੀਏ ਨੀ ਕੀ ਜੇ ਹੁਸਨ ਦਾ ਮਾਣ ਨਾ ਭਾਗ ਭਰੀਏ ਛਿਲ ਜਾਸੀਆ ਰੂਪ ਜਿਹੜੇ ਸੁਣਨ ਡਏ ਹੋ ਛਿਲ ਜਾਸੀਆ ਰੂਪ ਵਿਚਾਰੀਏ ਨੀ ਇਹ ਠੂਠਾ ਭੰਨ ਫਕੀਰ ਨੂੰ ਪਟੇ ਹੋਈ ਨਿਸ਼ਾਲਾ ਯਾਰ ਮਰੀ ਰੰਨੇ ਡਾਰੀਏ ਨੀ ਨੀ ਠੂਠਾ ਭੰਨ ਫਕੀਰ ਨੂੰ ਪੱਟੇ ਹੋਈ ਸ਼ਾਲਾ ਯਾਰ ਮਰੀ ਉਹ ਬੋਲਦੇ ਨੀ ਹੀਰਾਲੇ ਹੋ ਰੰਨੇ ਡਾਰ ਯਾਰ ਤੁਸੀਂ ਹੂੰ ਹਾਂ ਕਰੋ ਤੁਸੀਂ ਚੁੱਪ ਕਰਕੇ ਬੈਠੇ ਹੋ ਸ਼ਾਲਾ ਯਾਰ ਮਰੀ ਰੰਨੇ ਡਾਰੀਏ ਨੀ ਸਰਕਾਰ ਫਰਮਾਉਂਦੇ ਨੇ ਰਾਂਝੇ ਆਖਿਆ ਕੈਰ ਕੀਤੋ ਠੂਠਾ ਭੰਨਿਓ ਕਿਉਂ ਨੀ ਚੰਚਰ ਹਾਰੀਏ ਨੀ ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਨੀ ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਨੀ ਪਟਣੇ ਦੀਏ ਵੰਜਾਰੀਏ ਨੀ ਮੇਰੇ ਨਾਲ ਨਹੀਂ ਤੇਰੀ ਸਾਂਝ ਕੋਈ ਮੇਰੇ ਨਾਲ ਨਹੀਂ ਤੇਰੀ ਉੱਚੀ ਬੋਲੋ ਸਾਂਝ ਕੋਈ ਗੱਲ ਗੱਲ ਦੇ ਵਿੱਚ ਹੁਸ਼ਿਆਰੀਏ ਨੀ ਕਿਸੇ ਤੇ ਉਦੇਸ਼ ਦੀਏ ਵੋਟੀਏ ਨੀ ਇਹ ਤੇਰੀ ਕਿਸੇ ਨਾ ਉਮਰ ਸਵਾਰੀਏ ਨਹੀਂ ਨੀ ਕਿਸੇ ਕਹੇ ਕੁਦੇਸ਼ ਦੀਏ ਵੋਟੀਏ ਨੀ ਤੇਰੀ ਕਿਸੇ ਨਾ ਉਮਰ ਸਵਾਰੀਏ ਨੀ ਇਹ ਵੇਖ ਮੇਰੇ ਵੱਲ ਸੂਰਾ ਬਲ ਦੇ ਵਿੱਚ ਜਿਹੜੀ ਗੱਲ ਅੱਲਾ ਨੇ ਫਰਮਾਈਏ ਉਹ ਕਰੀਏ ਗੌਰ ਮੁਸਾਫਰਾ ਆਜਜ਼ਾ ਦੀ ਹੱਥੋਂ ਸਮਝ ਕੇ ਸੱਚ ਨਤਾਰੀਏ ਨੀ ਵਾਰਸ ਸ਼ਾਹ ਬਾਜ਼ਾਰ ਹੜਤਾਲ ਹੋਈ ਨਿਵਿਆਜ ਲੈ ਬਣ ਆਏ ਹਾਏ 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 ਵਾਰਸ ਸ਼ਾਹ ਬਾਜ਼ਾਰ ਹੜਤਾਲ ਹੋਈ ਨਿਵਿਆਜ ਲੈ ਬਣ ਪਿਆਰੀਏ ਨੀ ਹਜ਼ਰਤ ਮੁਹਤਰਮ ਇਹ ਉਦੋਂ ਦੀ ਗੱਲ ਹੈ ਪਤਾ ਕੀ ਗੱਲ ਹੈ ਅੱਗੋਂ ਸੈਤੀ ਪਤਾ ਕੀ ਕਹਿੰਦੀ ਹੈ ਕਹਿੰਦੀ ਹੈ ਵੇ ਘੋਲ ਘੱਟਿਓ ਯਾਰ ਦੇ ਨਾਮ ਉੱਥੋਂ ਜੋਗੀ ਮੁੱਖ ਸਮਾਨ ਹਥਿਆਰਿਆ ਤੇ ਮਾਣ ਸੁਣਦੇ ਆ ਪੁਣੇ ਤੂੰ ਯਾਰ ਮੇਰਾ ਏਡਾ ਕਹਿਰ ਕੀਤੋ ਲੋੜੇ ਮਾਰਿਆ ਵੇ ਤੇਰੇ ਨਾਲ ਕੀ ਅਸਾਂ ਨੇ ਬੁਰਾ ਕੀਤਾ ਹੱਥ ਲਾ ਨਹੀਂ ਤੈਨੂੰ ਮਾਰਿਆ ਵੇ ਰੁੱਗ ਆਟੇ ਦਾ ਹੋਰ ਲੈ ਜਾ ਸਾਥੋਂ ਵੇ ਰੁੱਗ ਆਟੇ ਦਾ ਹੋਰ ਲਿਜਾ ਸਾਥੋਂ ਕੋਈ ਵੱਡਾ ਫਸਾਦ ਹਰ ਯਾਰਿਆ ਵੇ ਤੇਥੇ ਆਦਮੀ ਗਰੀਬੀ ਗੱਲ ਨਾਹੀ ਰੱਬ ਚਾ ਪੁੱਥਣ ਉਸਾਰਿਆ ਵੇ ਇਹ ਵਾਰਸ ਕਿਸੇ ਔਰ ਸਾਡੇ ਨੂੰ ਖਬਰ ਹੋਵੇ ਐਵੇਂ ਮੁਫਤ ਵਿੱਚ ਜਾਏਗਾ ਮਾਰਿਆ ਲਓ ਜੀ ਇਸ ਤੋਂ ਅਗਲੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਨੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਸਿਧਰਾ ਇੱਕ ਬੱਚੀ ਹੈ ਬੜਾ ਸੋਹਣਾ ਪੜ੍ਹਦੀ ਹੈ ਸਿਧਰਾ ਇਹਨਾਂ ਤੋਂ ਬਾਅਦ ਬਜ਼ੁਰਗਾਂ ਨੂੰ ਅਹਿਸਾਨ ਉੱਲਾ ਵਿਰਕ ਸਾਹਿਬ ਇੱਥੇ ਆ ਰਹਿਣ ਇਹਨਾਂ ਤੋਂ ਬਾਅਦ
ਬਿਸਮਿਲਲਾਹ ਪਬੀ ਖਿਜ਼ਾਂਦੀ ਰੁੱਤ ਜਾਂ ਆਣ ਪਹੁੰਚੀ ਔਰ ਆਸਰੇ ਤੇ ਪੈ ਜਾਲ ਦੇ ਨੀ ਸੇਵਣ ਬੁਲਬੁਲਾ ਬੂਟਿਆ ਸੁੱਕਿਆ ਲੋ ਫੁੱਲ ਲਗਣ ਨਾਲ ਗਾਲ ਦੇਨੀ ਅਸਾਂ ਜਦੋਂ ਕਦੋਂ ਆਸ ਜਾਣਾ ਜੇ ਮਹਿਰਮ ਸਾਡੇ ਹਾਲ ਦੇਨੀ ਪਾਬੀ ਇਸ਼ਕ ਤੋਂ ਨਸ ਕੇ ਹੋ ਜਾਂਦੇ ਹੋ ਪੁੱਤਰ ਹੋਣ ਜੋ ਕਿਸੇ ਕੰਗਾਲ ਪਾਬੀ ਆਸ਼ਕਾਂ ਦੇ ਦਿਲ ਸੱਚ ਹੁੰਦਾ ਨੀ ਪਾਬੀ ਆਸ਼ਕਾਂ ਦੇ ਦਿਲ ਸੱਚ ਹੁੰਦਾ ਏ ਤੁਸਾਂ ਕੋਣ ਹੈ ਵਿੱਚ ਖਿਆਲ ਦੇਨੀ ਇਬਰਾਹੀਮ ਅਧਮ ਤੇ ਹਸਨ ਬਸਰੀ ਫਿਰ ਮਾਲਕ ਨਾ ਹੋਏ ਮਾਲ ਦੇਨੀ ਨਿਤ ਵਹਦਤ ਦੇ ਦਰਿਆ ਅੰਦਰ ਏ ਪੀਂਦੇ ਮਸਤ ਸ਼ਰਾਬ ਵਿਸਾਲ ਦੇਨੀ ਓ ਸੱਚਿਆਂ ਆਸ਼ਿਕਾਂ ਨੂੰ ਕੁਝ ਖੋਫ ਨਹੀਂ ਆਤਸ਼ ਵਿੱਚ ਸਰੀਰ ਨੂੰ ਬਾਲ ਦੇਨੀ ਇਸ ਇਸ਼ਕ ਪਿੱਛੇ ਲੜਨ ਮਰਨ ਸਾਰੇ ਸਫਾ ਡੋਬ ਦੇ ਹੋਣੀਆਂ ਤਾਰ ਦੇਨੀ ਓ ਮਾਰੇ ਬੋਲੀਆਂ ਦੇ ਕਰੀ ਨਹੀਂ ਵੜਦੇ ਵਾਰਸ ਸ਼ਾਹੋਰੀ ਫਿਰਨ ਪਾਲ ਦੇਨੀ ਪਤਾ ਕੀ ਗੱਲ ਹੈ ਅੱਛਾ ਬਿਸਮਿਲਲਾਹ ਲੈ ਵੀ ਹੈ ਫੜ ਗੁਰੂਆਂ ਦਾ ਨਾਮ ਹੈ ਨਹੀਂ ਪਤਾ ਕੀ ਹੈ ਇਹ ਮੁਕਾਬਲਾ ਹੋ ਰਿਹਾ ਜਦੋਂ ਇਨਸ਼ਾਅੱਲਾ ਪਤਾ ਕੀ ਗੱਲ ਹੈ ਇਹ ਵੇਖਿਆ ਇਹ ਉਹ ਹੀ ਕੁੜੀ ਹੈ ਨਾ ਜਿਹੜੀ ਪਿਛਲੇ ਸਾਲ ਰਾਗ ਲਾਉਂਦੀ ਸੀ ਤੇ ਰਹਿ ਗਈ ਇਹ ਮੇਰੀ ਸ਼ਗਿਰਦ ਹੋਈ ਵੀ ਨਹੀਂ ਸੀ ਤੇ ਐਵੇਂ ਇੱਥੇ ਸਪੀਕਰ ਜੀ ਨੇ ਕਹਿਤਾ ਮੇਰੀ ਸ਼ਗਿਰਦ ਮੈਂ ਫਿਰ ਕਿਹਾ ਜੇ ਤੂੰ ਕਹਿਤਾ ਨਾ ਲੈ ਹੁਣ ਤੂੰ ਅਗਲੇ ਸਾਲ ਜਦੋਂ ਹੀਰ ਪੜ੍ਹਨੀ ਹੈ ਨਾ ਜਿਵੇਂ ਬੰਦਾ ਦੁਖੀ ਗੱਲ ਸੁਣ ਕੇ ਰੋ ਪੈਂਦਾ ਨਾ ਬਸ ਮੈਂ ਕਿਹਾ ਅਗਲੇ ਸਾਲ ਪੁੱਤਰ ਰੋਣਾ ਹੀ ਆ ਕੇ ਤੂੰ ਇੰਜ ਦਾ ਰੋਈ ਵੀ ਸਾਰੇ ਰੋਣ ਲੱਗ ਪੈਣ ਤੇਰੇ ਨਾਲ ਹੈ ਲਓ ਇਸ ਵਾਰ ਜ਼ਮੀਨ ਸਮਾਨ ਦਾ ਫਰਕ ਹੈ ਅੱਲਾ ਇਹਨੂੰ ਤੰਦਰੁਸਤੀ ਦੇਵੇ
ਇਹ ਸ਼ੇਰ ਵੀ ਮੈਂ ਇਹਨੂੰ ਦਿੱਤਾ ਸੀ ਕਿ ਇਹ ਸ਼ੇਰ ਪੜ੍ਹ ਲੈ ਬਾਬਾ। ਪਤਾ ਗੱਲ ਕੀ ਹੈ, ਇੱਕ ਕਦੋਂ ਦੀ ਗੱਲ ਹੈ, ਜਦੋਂ ਰਾਂਝੇ ਦੀਆਂ ਭਰਜਾਈਆਂ ਨੇ ਨਾ ਰਾਂਝੇ ਨੂੰ ਖਤ ਲਿਖਿਆ ਵੇ ਰਾਂਝਿਆ, ਜਿਹਦੇ ਪਿੱਛੇ ਗਿਆ ਸਾਂ ਸਭ ਕੁਛ ਛੱਡ ਕੇ, ਉਸ ਫੁੱਲ ਨੂੰ ਤੋੜ ਕੇ ਖੇੜਾ ਲੈ ਗਿਆ, ਹੁਣ ਵਾਪਸ ਆ ਜਾ। ਇਹ ਰਾਂਝੇ ਨੇ ਅੱਗੋਂ ਜਵਾਬ ਵਿੱਚ ਭਰਜਾਈਆਂ ਨੂੰ ਖਤ ਲਿਖਿਆ ਨੀ ਭਾਬੀ, ਖਿਜ਼ਾਂ ਦੀ ਰੁੱਤ ਜਾਣ ਪਹੁੰਚੀ, ਭੌਰ ਆਸਰੇ ਤੇ ਪਏ ਜਲਦੇ ਨੀ, ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆ ਨੇ, ਫਿਰ ਫੁੱਲ ਲੱਗਣ ਨਾਲ ਡਾਲਦੇ ਨੀ। ਇਹ ਜ਼ਰਾ ਮੇਰੀ ਗੱਲ ਸੁਣਨਾ, ਹਮ ਖਿਆਲ ਬੰਦਾ ਜਦੋਂ ਮਿਲਦਾ ਹੈ ਤੇ ਈਦ ਹੁੰਦੀ ਹੈ, ਅਸਾਂ ਜਦੋਂ ਕਦੋਂ ਉਹਨਾਂ ਪਾਸ ਜਾਣਾ ਜਿਹੜੇ ਮਹਿਰਮ ਸਾਡੇ ਹਾਲ ਦੇ ਨੀ। ਨੀ ਭਾਬੀ, ਇਸ਼ਕ ਤੋਂ ਨਸ ਕੇ ਉਹ ਜਾਂਦੇ ਪੁੱਤਰ ਹੋਣ ਜੋ ਕਿਸੇ ਕਮਾਲ ਦੇ ਨੀ। ਇੱਕ ਸਾਡੇ ਕਸੂਰ ਤੋਂ ਕੈਸਰ ਰਜ਼ਾ ਸਾਹਿਬ ਆਏ ਨੇ, ਕੈਸਰ ਰਜ਼ਾ ਸਾਹਿਬ ਬੜੀ ਦੇਰ ਦਾ ਇੰਤਜ਼ਾਰ ਕਰ ਰਿਹਾ ਹੈ, ਆਓ ਜੀ ਕੈਸਰ ਸਾਹਿਬ, ਕੈਸਰ ਰਜ਼ਾ ਕਸੂਰ ਤੋਂ। أعوذ بالله من الشيطان بسم الله الرحمن الرحيم ਹਿਰਸ ਹਵਾ ਠੀ ਪਾਕ ਜਟਾ ਨਾ ਤੂੰ ਅੱਗੇ ਰਹੇ ਨਾ ਰਹੇ ਨਾ ਤੂੰ ਰਹੀ ਹਵਾ ਨਾ ਖਾਕ ਜਟਾ ਤੇ ਆਇਆ ਰੇਤ ਤੋਂ ਹਾਂ ਬੰਦੀਆਂ ਦਾ ਨਾਲੇ ਖੈਸ਼ ਕਬੀਲੜਾ ਸਾਕ ਜਟਾ
ਉੱਠਦੀ ਸੈਰ ਕਰਕੇ ਵੇਖ ਜ਼ਾਤ ਖੁਦਾ ਦੀ ਪਾਕ ਜਟਾ ਅੰਦਰ ਦੀ ਦੁਨੀਆ ਦਾ ਹੁਨਾਮ ਸੱਚਾ ਸਾਰਾ ਨੂਰ ਜ਼ਹੂਰ ਅਫਲਾਕ ਜਟਾ ਵਾਰਿਸ ਸ਼ਾਹ ਤਾਂ ਆਪਣਾ ਆਪ ਜਾਪੇ ਜਦੋਂ ਕਰੇ ਸਰੀਰ ਹਲਾਕ ਜਟਾ ਕੈਸਰ ਰਜ਼ਾ ਸਾਹਿਬ ਕਸੂਰ ਤੋਂ ਕਿਉਂਕਿ ਇਹਨਾਂ ਹੀਰ ਬੜੀ ਘੱਟ ਤੇ ਗਾਈ ਜ਼ਿਆਦਾ ਇੱਕ ਮੈਂ ਗੱਲ ਕਰਾਂ ਹੀਰ ਖਾਨੀ ਚ ਤੇ ਹੀਰ ਗਾਇਕੀ ਚ ਬੜਾ ਫਰਕ ਹੈ ਨਾਥ ਖਾਨੀ ਚ ਤੇ ਨਾਥ ਗਾਇਕੀ ਚ ਬੜਾ ਫਰਕ ਹੈ ਨੋਹਾ ਖਾਨੀ ਚ ਤੇ ਨੋਹਾ ਇਹਨੂੰ ਮੈਂ ਇੱਕ ਮੌਕਾ ਜ਼ਰੂਰ ਦਿਆਂਗਾ ਤੁਹਾਡੀ ਤਾੜੀਆਂ ਵੇਖ ਕੇ ਇਹ ਜਦੋਂ ਤੁਸੀਂ ਯਾਰ ਆਉਣਾ ਇਹ ਦਰਦ ਨਾਲ ਪੜਨਗੇ ਤੇ ਆਰਾਮ ਲੈ ਲੈਣਗੇ ਇੱਕ ਮੌਕਾ ਮੈਂ ਰੁਕਦਾਂਗਾ ਕਿਉਂਕਿ ਜਦੋਂ ਇਹਨਾਂ ਅਲਾਪ ਲਿਆ ਹੈ ਅਲਾਪ ਵਿੱਚ ਰਹਿ ਗਏ ਨੇ ਅਲਾਪ ਵਿੱਚ ਖਿੜਕ ਗਏ ਨੇ ਦਰਦ ਪੇਸ਼ ਕੀਤਾ ਲੇਕਿਨ ਉਸ ਦਰਦ ਨੂੰ ਵੇਖ ਕੇ ਇੱਕ ਮੌਕਾ ਅਸੀਂ ਸਾਰੇ ਕਿਉਂ ਜੀ ਰਹੀਏ ਨਾ ਇਹਨਾਂ ਨੂੰ ਫਾਈਨਲ 'ਚ ਰੱਖ ਲੈਂਦੇ ਹਾਂ ਹੁਣ ਜਦੋਂ ਆਉਣ ਅਤੇ ਆਪਣਾ ਦਰਦ ਹੁਣ ਲੈ ਕੇ ਆਉਣ ਗਾਇਕੀ ਲੈ ਕੇ ਨਾ ਆਉਣ ਕੀ ਖਿਆਲ ਇੱਥੇ ਬੜੇ ਬੜੇ ਗਾਇਕ ਬੈਠੇ ਨੇ ਤੁਹਾਡੀ ਰੱਬ ਖੈਰ ਕਰੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਦੇਖੋ ਨਾ ਨਾਲ ਦਰਦ ਵਾਲੇ ਬੰਦੇ ਬੈਠੇ ਨੇ ਲਓ ਜੀ ਇੱਥੇ ਇੱਕ ਮਾਈ ਬੈਠੀ ਅੱਖੇ ਦੇ ਪਿੱਛੇ ਮਾਈ ਹੀਰ ਲਸੀਆ ਅਤੇ ਹੁਣ ਉਹ ਬੁੱਢੀ ਇਹ ਅੱਜ ਤੋਂ 45 ਸਾਲ ਪਹਿਲਾਂ ਦੀ ਆਉਣ ਲਈ ਹੈ ਔਰ ਇਸ ਮਾਈ ਦੇ ਨਾਂ ਦੀਆਂ ਤਾੜੀਆਂ ਮਾਰੋ ਇਹ ਵੀ ਪੀਰ ਬਾਦਸ਼ਾਹ ਦੇ ਨਾਲ ਮੁਹੱਬਤ ਰੱਖਣ ਵਾਲੀ ਮਾਈ ਇੱਥੇ ਇੱਕ ਸਾਡਾ ਬੇਲੀ ਬੈਠਾ ਕੋਟਲਾ ਬਲੀ ਖਾਂ ਦਾ ਇਹਨੂੰ ਵੀ ਹੋ ਗਏ ਨੇ ਕਮ ਸੇ ਕਮ ਕੋਈ 15-20 ਸਾਲ ਕਮ ਸੇ ਕਮ ਕੋਈ 20-25 ਬੰਦੇ ਲੈ ਕੇ ਉੱਥੇ ਪੀਰ ਬਾਦਸ਼ਾਹ ਦਾ ਉਰਸ ਵੀ ਕਰਵਾਉਂਦੇ ਨੇ ਇਹ ਲੋਕ ਸਾਲ 'ਚ 2-3 ਅਤੇ ਮਸਕੀਨਾਂ ਤਰਾ ਕੇ ਬਹਿੰਦੇ ਨੇ ਬੜਾ ਕਮਾਉਂਦੇ ਨੇ ਇਨਸ਼ਾਲਾ ਮੁਕਾਬਲੇ ਤੋਂ ਬਾਅਦ ਜਦੋਂ ਹੀਰ ਤਫਸੀਲ ਨਾਲ ਪੜੀਚੇਗੀ ਅਤੇ ਇਹ ਲੋਕ ਜਿਹੜੇ ਨੇ ਇਨਸ਼ਾਲਾ ਸਾਰੇ ਇੱਜ਼ਤ ਪਾਣਗੇ ਤੋ ਅਬਰਾਰ ਸਾਹਿਬ ਡੇਰਾ ਮੱਲਾ ਸਿੰਘ ਤੋਂ ਅਬਰਾਰ ਸਾਹਿਬ ਬਿਸਮਿਲਲਾ ਆ
ਵੇਖਿਆ ਜੋਗੀਆਂ ਝੂਠ ਬੋਲੇ ਵੇ ਕੌਣ ਰੁੱਠੜੇ ਯਾਰ ਮਨਾਉਂਦਾ ਆਈ ਵੇ ਐਸਾ ਕੋਈ ਨਾ ਮਿਲਿਆ ਮੈਂ ਤਾਂ ਢੂੰਡ ਥੱਕੀ ਰੋਗ ਗਵਾਉਂਦਾ ਆਈ ਪਹਿਲਾ ਦਸ ਖਾਂ ਚਿਰੇ ਵਛੁਨਿਆਂ ਤੁਹਾਡਾ ਸ਼ੇਰ ਲੰਬਾ ਹੈ, ਤੁਹਾਨੂੰ ਅਸੀਂ ਅਗਲੀ ਲਿਸਟ 'ਚ ਰੱਖ ਲੈਂਦੇ ਹਾਂ, ਲੇਕਿਨ ਹੁਣ ਕਲਾਮ ਯਾਦ ਕਰਕੇ ਆਉਣਾ ਤਿੰਨ ਲੈਣਾ। ਜੇ ਤੁਸੀਂ ਯਾਦ ਕਰਕੇ ਨਾ ਨਾ ਆਏ ਅਸੀਂ ਤੁਹਾਨੂੰ ਅਗਲੇ ਮੁਕਾਬਲੇ 'ਚ ਦਾਣਾ ਚੱਕ ਲਿਆ ਨਾ, ਠੀਕ ਹੋ ਗਿਆ। ਲੇਕਿਨ ਹੁਣ ਜਿਹੜਾ ਪੜ੍ਹਨਾ ਜੇ ਨਾ ਆ ਕੇ ਜੇ ਉੱਤੋਂ ਵੇਖ ਕੇ ਪੜ੍ਹਿਆ ਸਾਨੂੰ ਮੁਕਾਬਲੇ 'ਚ ਸ਼ਾਮਿਲ ਨਹੀਂ ਕਰਨਾ, ਤੁਹਾਨੂੰ ਇੱਕ ਆਪਸ਼ਨ ਦੇ ਦਿੰਦੇ ਹਾਂ, ਉੱਥੇ ਬਹਿ ਕੇ ਤਿੰਨ ਲੈਣਾ ਯਾਦ ਕਰਨਾ। ਖੈਰ ਜੀ ਬਾਬਾ ਜੀ ਬਿਸਮਿਲ੍ਲਾ ਤੇਰੀ ਖੈਰ ਹੋ। ਗਿਆ ਬੱਜ ਤਕਦੀਰ ਦੇ ਨਾਲ ਕਸਾ ਕੀਮਤ ਲੈ ਜਾਵੇ ਸਾਥੋਂ ਮਟਦੀ ਕੌਣ ਮੋੜੇ ਇਹ ਤਕਦੀਰ ਪਾੜਾਂ ਨੂੰ ਪਟਦੀ ਵੇ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ
ਤਕਦੀਰ ਜ਼ਮੀਨ ਤੇ ਛੱਟਦੀ ਬਠ ਮਾਛੀਆਂ ਦੇ ਇਹ ਤਕਦੀਰ ਚ ਤਖਤ ਉਲਟਦੀ ਵੇ ਲੈਮਾਨ ਜੋ ਕੇ ਬਠ ਮਾਛੀਆਂ ਦੇ ਤਕਦੀਰ ਚ ਤਖਤ ਉਲਟਦੀ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟਦੀ ਵੇ ਵਾਰਸ ਨਬੀ ਦਾ ਦੰਦ ਵੀ ਸ਼ਹੀਦ ਹੋਇਆ ਇਹ ਤਕਦੀਰ ਕਿਸੇ ਤੋਂ ਨਾ ਹਟਦੀ ਵੇ ਸ਼ੁਕਰੀਆ ਨੀ ਲਈਦਾ ਹੁੰਦਾ ਅੱਲਾ ਦੀ ਰਾਹ ਤੇ ਜਿਹੜਾ ਕੰਮ ਕਰੀਏ ਲੋ ਬਈ ਠੀਕ ਹੋ ਗਏ ਸਾਨੂੰ ਕੰਮ ਹੀ ਯਾਦ ਹੈ ਤੁਹਾਡੀ ਖੈਰ